ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕ੍ਰਿਸ਼ਨ ਸਿੰਘ ਕਵੀਸ਼ਨ ਨਰਮਾਣਾ, ਮੇਰੇ ਨਾਲ ਗੁਰਸੇਵਕ ਸਿੰਘ ਬਹਿਮਤਪੁਰ, ਗੁਰਪ੍ਰੀਤ ਸਿੰਘ ਨਰਮਾਣਾ। ਮਿੱਤਰੋ, ਅੱਜ ਫਿਰ ਗੱਲ ਕਰਦੇ ਹਾਂ ਪੰਜਾਬ ਦੀ। ਉਹ ਪੰਜਾਬ ਜਿਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ, ਪਰ ਅੱਜ ਦਾ ਪੰਜਾਬ ਰੰਗਲਾ ਪੰਜਾਬ ਨਹੀਂ ਕਿਸੇ ਪਾਸੇ ਨਜ਼ਰ ਆਉਂਦਾ। ਟਹਿਲ ਸਿੰਘ ਵਾਰਨ ਦੀਆਂ ਲਿਖੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ, ਧਿਆਨ ਦੇਣਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਅੱਜ ਕਲੀਆਂ ਦੇ ਫੁੱਲ ਮੁਰਝਾ ਗਏ, ਕਿਤੇ ਲੱਭਦੀ ਨਾ ਮਹਿਕ ਗੁਲਾਬ ਦੀ। ਅੱਜ ਕਰਨੀ ਬਿਆਨ ਬੜੀ ਔਖੀ ਹੈ, ਜਿਹੜੀ ਹੋਈ ਪਈ ਹਾਲਤ ਪੰਜਾਬ ਦੀ। ਰਿਹਾ ਉੱਜੜ ਪੰਜਾਬ ਅੱਜ ਵੀਰ ਨੂੰ, ਜਿਹੜਾ ਹੁੰਦਾ ਸੀ ਰੰਗਾਂ ਦੇ ਵਿੱਚ ਵੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਮੁੰਡੇ ਕੁੜੀਆਂ ਪੜ੍ਹਾਈ ਇੱਥੇ ਕਰਕੇ ਹੋਏ ਫਿਰਦੇ ਜੋ ਬੇਰੁਜ਼ਗਾਰ ਨੇ। ਮਾਂ ਬਾਪ ਦੀ ਕਮਾਈ ਬੰਨੇ ਲਾ ਗਏ, ਅੱਗੋਂ ਨੌਕਰੀ ਨਾ ਦਿੱਤੀ ਸਰਕਾਰ ਨੇ। ਤਾਂ ਅੱਜ ਦੇ ਜਵਾਨ ਮੁੰਡੇ ਕੁੜੀਆਂ, ਬੱਚਾ ਬੱਚਾ ਜਾਵੇ ਨਸਿਆਂ ਚ ਧੱਸਦਾ ਧੱਸਦਾ। ਜਿਹਨੂੰ ਰੰਗਲਾ, ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਉਹ ਕਈ ਫੈਸ਼ਨਾਂ ਦੀ ਦੌੜ ਵਿੱਚ ਹੱਸ ਕੇ ਝੁੱਗਾ ਚੌੜ ਕਰਵਾਈ ਜਾਣੇ ਆਪਦਾ। ਹਰ ਇੱਕ ਦੇ ਚਿਹਰੇ ਤੇ ਪਰੇਸ਼ਾਨੀਆਂ, ਨਹੀਂ ਖੁਸ਼ੀ ਇਨਸਾਨ ਕੋਈ ਜਾਪਦਾ। ਪੱਲੇ ਕਿਸੇ ਦੇ ਦੁਆਨੀ ਨਹੀਂ ਛੱਡਦਾ, ਜਾਵੇ ਫੈਸ਼ਨ ਸਕੰਜੇ ਇਹਨੇ ਕੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਉਹ ਇੱਥੇ ਕਿਸੇ ਨੂੰ ਬੁਲਾ ਕੇ ਕੋਈ ਰਾਜੀ ਨਹੀਂ, ਕੋਈ ਚਾਹੁੰਦਾ ਨਹੀਂ ਕਿਸੇ ਦੇ ਨਾਲ ਬੋਲਣਾ। ਹਰ ਇੱਕ ਨੇ ਕਹਾਣੀ ਇਹੋ ਫੜ ਲਈ, ਝੂਠ ਬੋਲਣਾ ਕੁਫਰ ਬਹੁਤਾ ਤੋਲਣਾ। ਪੈਰ ਪੈਰ ਉੱਤੇ ਹੋਣ ਹੇਰਾ ਫੇਰੀਆਂ, ਪਾਲਾ ਮਾਨਸ ਹਮੇਸ਼ਾ ਰਹੇ ਫਸਦਾ ਫਸਦਾ। ਜਿਹਨੂੰ ਰੰਗਲਾ, ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਉਹ ਕਿਤੇ ਅਫਸਰ ਸਾਹੀਏ ਨੂੰ ਮਾਰ ਗਈ, ਕਿਤੇ ਮਾਰ ਲਿਆ ਲੀਡਰਾਂ ਦੇ ਧੱਕੇ ਨੇ। ਕੋਈ ਪੁੱਛਣੇ ਵਾਲਾ ਨਹੀਂ ਰਿਹਾ ਕਿਸੇ ਨੂੰ, ਨਾਲ ਮਰਜ਼ੀ ਭਜਾਈ ਜਾਂਦੇ ਯੱਕੇ ਨੇ। ਇੱਕ ਦੌਲਤਾਂ ਦੇ ਢੇਰ ਲਾ ਕੇ ਬਹਿ ਗਿਆ, ਇੱਕ ਫੇਰ ਵੈਸੇ ਪੈਸੇ ਨੂੰ ਤਰਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਉਹ ਜਿਹੜਾ ਖੇਤਾਂ ਵਿੱਚ ਹੱਸਦਾ ਤੇ ਗਾਉਂਦਾ ਸੀ, ਅੱਜ ਰੋਂਦਾ ਉਹ ਦੇਸ ਦਾ ਕਿਸਾਨ ਹੈ। ਐਸਾ ਮਾਰ ਲਿਆ ਕਰਜ਼ੇ ਦੇ ਭਾਰ ਨੇ, ਉਹਦੀ ਫਸ ਗਈ ਕੜਕੀ ਵਿੱਚ ਜਾਨ ਹੈ। ਨਿੱਤ ਹੋਈ ਜਾਂਦੀਆਂ ਨੇ ਖੁਦਕੁਸ਼ੀਆਂ, ਪਾਰ ਕਰਜ਼ੇ ਦਾ ਨਾਗ ਬਾਣ ਡੱਸਦਾ ਡੱਸਦਾ। ਜਿਹਨੂੰ ਰੰਗਲਾ, ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨਹੀਂ ਨਜ਼ਰ ਕਿਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ,
ਸਾਨੂੰ ਆਉਂਦਾ ਨੀ ਨਜ਼ਰ ਕੀਤੇ ਹੱਸਦਾ। ਉਹ ਬੁੱਢੇ ਮਾਪਿਆਂ ਨੂੰ ਇੱਥੇ ਛੱਡ ਛੱਡ ਕੇ ਬੱਚੇ ਮਾਰ ਗਏ ਨੇ ਬਾਹਰ ਉਡਾਰੀਆਂ, ਤੰਗ ਆ ਕੇ ਗਰੀਬੀ ਕੋਲ ਮਾਪਿਆਂ ਧੀਆਂ ਤੋਰੀਆਂ ਨੇ ਬਾਹਰ ਕੁਵਾਰੀਆਂ। ਹਾਲਤ ਵਿਦੇਸ਼ਾਂ ਵਿੱਚ ਹੁੰਦੀ ਹੈ, ਕੋਈ ਆਖਰ ਕਿਸੇ ਨੂੰ ਨਹੀਂ ਦੱਸਦਾ, ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ ਸਾਨੂੰ ਆਉਂਦਾ ਨੀ ਨਜ਼ਰ ਕੀਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ ਸਾਨੂੰ ਆਉਂਦਾ ਨੀ ਨਜ਼ਰ ਕੀਤੇ ਹੱਸਦਾ। ਕਹੇ ਟਹਿਲੇ ਖਰੌੜ ਦੇਸ਼ੀ ਆਪਣਾ, ਕਦੇ ਨਿੰਦਣੇ ਨੂੰ ਦਿਲ ਨਹੀਂ ਕਰਦਾ, ਪਰ ਮਾਰ ਗਈਆਂ ਅੱਜ ਮਜਬੂਰੀਆਂ ਤਾਂ ਹੀ ਲਿਖ ਕੇ ਬਿਆਨ ਇਹ ਨਿੱਤਰਦਾ। ਸੱਚ ਕਰਨਾ ਬਿਆਨ ਨਰਮਾਣਿਆ ਕੰਮ ਹੈ ਨੀ ਹਰੇਕ ਬੰਦੇ ਵੱਸਦਾ ਵੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ ਸਾਨੂੰ ਆਉਂਦਾ ਨੀ ਨਜ਼ਰ ਕੀਤੇ ਹੱਸਦਾ। ਜਿਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ ਸਾਨੂੰ ਆਉਂਦਾ ਨੀ ਨਜ਼ਰ ਕੀਤੇ ਹੱਸਦਾ। ਹਾਂਜੀ, ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਜੀ, 98 556 3455। ਧੰਨਵਾਦ।